ਗੁਰਮੀਤ ਸਿੰਘ ਮੰਗਲਵਾਰ ਵੀਰਵਾਰ ਦੋ ਦਿਨ ਹੁੰਦੇ ਕਮਰਸ਼ੀਅਲ ਦੇਖਦੇ ਹੋ ਮਤਲਬ ਜੋ ਗੌਰਮੈਂਟ ਦੇ ਰੂਲਾਂ ਮੁਤਾਬਕ ਗੱਡੀ ਦੀ ਹਾਲਤ ਪੇਂਟ ਜੋ ਇਹਨਾਂ ਦੇ ਮਕੈਨੀਕਲ ਫਾਲਟ ਹੈ ਚੈੱਕ ਕਰਕੇ ਆਪਾਂ ਉਹਨਾਂ ਦੀ ਜੋ ਉਹਨਾਂ ਨੇ ਦਿਆ ਟੈਪ ਦਿਆ ਵਾ ਸਾਨੂੰ ਗੌਰਮੈਂਟ ਨੇ ਉਹਦੇ 6 ਫੋਟੋਆਂ ਕਰਕੇ ਅਸੀਂ ਪਾਸ ਕਰ ਲੈਂਦੇ ਹਾਂਜੀ ਅਪੋਇੰਟਮੈਂਟ ਸਬੰਧਤ ਡੇ ਦੀ ਅਪੋਇੰਟਮੈਂਟ ਹੋਏਗੀ ਅਤੇ ਅਸੀਂ 84 ਨੰਬਰ ਮਿਲਾ ਕੇ ਫੋਟੋਆਂ ਕਰਕੇ ਤੋਰ ਦਿੰਦੇ ਜੀ ਸਾਡੇ ਕੋਲ ਕੋਈ ਏਜੰਟ ਨਹੀਂ ਆਉਂਦਾ ਸਾਡੇ ਕੋਲ ਸਬੰਧਤ ਡਰਾਈਵਰ ਹੀ ਆਉਂਦੇ ਆ ਉਹ ਖੜ੍ਹੇ ਆ ਸਾਰੇ ਆਪਣੀ ਗੱਡੀਆਂ ਲੈ ਕੇ ਸਾਡੇ ਮੁਲਾਜ਼ਮ ਮੇਰੇ ਕੋਲ ਇੱਕ ਮੈਡਮ ਹੈ ਕੰਪਿਊਟਰ ਆਪਰੇਟਰ ਕਲਰਕ ਹੈ ਉਹ ਅਸੀਂ ਆਪ ਕੰਮ ਕਰ ਰਹੇ ਮੈਂ ਵੀ ਨਾਲ ਲੱਗ ਰਿਹਾ ਉਹਨਾਂ ਦੇ ਬੰਦਾ ਡਰਾਈਵਰ ਸੱਜਾ ਲੈ ਕੇ ਆ ਜਾਂਦਾ ਆਪਣੇ ਕੋਲ ਸਾਡੇ ਕੋਲ ਨਹੀਂ ਅਦਰ ਬੰਦਾ ਆਉਂਦਾ ਜੀ ਕੋਈ ਸਾਡੇ ਕੋਲ ਆਪਣਾ ਜਿਹੜਾ ਆਊਗਾ ਅਸੀਂ ਤਾਂ ਕਹਿੰਦੇ ਨੀ ਕਿਸੇ ਨੂੰ ਆਵੇ ਅਸੀਂ ਮਨਾ ਕਰਦੇ ਸਾਡੇ ਕੋਲ ਕਿਸੇ ਨੇ ਆਉਣਾ ਦੂਰ ਜਿੱਥੇ ਮਰਜ਼ੀ ਜਾ ਕੇ ਖੜੋ ਕਿਤੇ ਅਸੀਂ ਆਣੇ ਨੰਦੇ 'ਚ ਮਨਾ ਕਰਦੇ ਏਜੰਟ ਨੂੰ ਹਾਂਜੀ ਇਹਦੀ ਅਪੋਇੰਟਮੈਂਟ ਫਤਿਹਗੜ੍ਹ ਸਾਹਿਬ ਦੀ ਹੈ ਜੀ 4 ਮਈ ਦੀ ਅਪੋਇੰਟਮੈਂਟ ਹੈ ਸਾਡੇ ਕੋਲ ਅਪੋਇੰਟਮੈਂਟ ਨਹੀਂ ਹੈ ਹਾਂ ਮੈਡਮ ਨੂੰ ਦੱਸਤਾ ਅਸੀਂ ਮੈਡਮ ਨੂੰ ਅਸੀਂ ਫੋਟੋ ਭੇਜ ਦਿੱਤੀ ਅਪੋਇੰਟਮੈਂਟ ਦੀ ਫਤਿਹਗੜ੍ਹ ਦੀ 4 ਮਈ ਦੀ ਅਪੋਇੰਟਮੈਂਟ ਹੈ ਅੱਜ ਹੈਗੀ 21 ਮਈ ਅਸੀਂ ਉਹ ਗੱਡੀ ਨਹੀਂ ਕਰ ਸਕਦੇ ਕਿੱਥੇ ਹੈ ਜੀ ਕਲਰਕ ਹੈ ਸਾਡੇ ਤੀਰਥ ਜੀ ਤੀਰਥ ਸਿੰਘ ਹੈ ਹਾਂਜੀ ਹਾਂਜੀ ਨਹੀਂ ਸਾਡੇ ਕੋਲ ਇਹੋ ਜਿਹਾ ਕੋਈ ਹੈ ਨਹੀਂ ਸਾਡੇ ਨਾਲ ਬਾਪੂ ਖੜ੍ਹੇ ਆ ਨਾ ਅਸੀਂ ਕਿਸੇ ਤੋਂ ਮੰਗੇ ਨਾ ਅਸੀਂ ਪੈਸੇ ਲਈਏ ਕਿਸੇ ਨੂੰ ਠੀਕ ਹੈ ਜੀ ਨਹੀਂ ਇਹਦਾ ਲੋਕ ਇਲਜ਼ਾਮ ਲਾਉਣੇ ਆ ਉਹਨੂੰ ਪਤਾ ਹੋਣਾ ਕਾਹਦੇ ਲਾ ਰਹੇ ਆ ਸਾਡੇ ਕੋਲ ਉਹਦੇ ਕੋਈ ਪੈਸਾ ਨਾ ਮੰਗੇ ਨਾ ਅਸੀਂ ਲਈਏ ਨਾ ਸਾਡੇ ਕੋਲ ਹੈ ਸਾਡੇ ਕੋਲ ਸਾਰਾ ਕੁਝ ਆਨਲਾਈਨ ਹੈ ਠੀਕ ਹੈ ਥੈਂਕ ਯੂ ਬਾਈ ਕੀ ਕਹਿੰਦੇ ਆ ਕੀ ਕਹਿੰਦੇ ਨੇ ਹੁਣ ਕਰ ਰਹੇ ਆ ਗੱਲ ਕਦੇ ਸਾਹਿਬ ਨਾਲ ਗੱਲ ਕਰਨ ਇੱਕ ਵਾਰੀ ਐਮਬੀ ਸਾਹਿਬ ਨਾਲ ਨਹੀਂ ਗੱਡੀ ਕਰਕੇ ਉਹਨੇ ਰੇ ਪਾਸ ਕਰਨੀ ਪਤਾ ਨਹੀਂ ਕਹਿੰਦੇ ਉਹ ਸਾਡੇ ਵਾ ਬੋਲਦੀ ਨਹੀਂ ਕਹਿੰਦੇ ਕਿ ਸਾਡੇ ਆਡੀ ਵੀ ਛੱਟੀ ਵੀ ਆ ਕਦੋਂ ਤੋਂ ਆਏ ਹੋਏ ਤੁਸੀਂ ਫਿਰ ਦੱਸੋ ਜੇ ਤੇ ਹੁਣ ਕਹਿੰਦੇ ਕਿ ਮੈਡਮ ਕੀ ਕਹਿੰਦੇ ਮੱਕਾ ਦੀ ਕੋਈ ਹੋਰ ਚੱਕਰ ਲੈਂਦੇ ਨਹੀਂ ਕਹਿੰਦੇ ਤੇ ਐਮਬੀ ਜੀ ਕਹਿੰਦਾ ਪਤਾ ਨਹੀਂ ਦੇਖੋ ਕਹਿੰਦਾ ਚੱਕਰ ਲੈਂਦਾ ਕਹਿੰਦਾ ਕਿ ਨਹੀਂ ਬਾਕੀ ਗੱਡੀਆਂ ਹੋ ਰਹੀਆਂ ਨੇ ਤੁਹਾਡੀ ਕਿਉਂ ਨਹੀਂ ਕਰ ਰਹੇ ਹੈਗੇ ਹਾਂਜੀ ਬਾਕੀ ਗੱਡੀਆਂ ਵੀ ਤਾਂ ਕਰ ਰਹੇ ਤੁਹਾਡੀ ਕਿਉਂ ਨਹੀਂ ਕਰ ਰਹੇ ਦੇਖੋ ਜੀ ਹੁਣ ਕਿਆ ਪਤਾ ਕਿਆ ਸਿਸਟਮ ਬਣਾਉਂਦਾ ਜੀ ਆਰਟੀਓ ਮੈਡਮ ਕੀ ਕਹਿੰਦੇ ਕਹਿੰਦੇ ਮੈਂ ਦੱਸ ਦਿਆਂ ਗੱਲ ਕਰਕੇ ਹਾਂ ਕਹਿੰਦੇ ਮੈਂ ਕੱਲ੍ਹ ਤੋਂ ਦੱਸ ਦਿੰਦਾ